ਪਿੰਗਲਵਾੜਾ ਸੰਸਥਾ ਦੇ ਬੱਚਿਆਂ ਨੇ ਗੁਰੂ ਨਗਰੀ ਦਾ ਨਾਂ ਰੌਸ਼ਨ ਕੀਤਾ ਹੈ। ਪਿੰਗਲਵਾੜਾ ਸੰਸਥਾ ਦੀ ਮੁੱਖ ਸੇਵਾਦਾਰ ਡਾਕਟਰ ਇੰਦਰਜੀਤ ਕੌਰ ਨੇ ਦੱਸਿਆ ਕਿ ਜਰਮਨੀ ਦੇ ਬਰਲਿਨ ਵਿਖੇ 17 ਤੋਂ 25 ਜੂਨ ਨੂੰ ਹੋਈਆਂ ਸਪੈਸ਼ਲ 올림픽 ਅੰਤਰਰਾਸ਼ਟਰੀ ਖੇਡਾਂ ਵਿੱਚ ਪਿੰਗਲਵਾੜਾ ਦੇ ਭਗਤ ਪੂਰਨ ਸਿੰਘ ਸਕੂਲ ਦੇ 3 ਬੱਚਿਆਂ ਨੇ ਰੋਲਰ ਸਕੇਟਿੰਗ ਖੇਡ ਵਿੱਚ 4 ਮੈਡਲ ਜਿੱਤ ਕੇ ਪਿੰਗਲਵਾੜਾ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। आप जी जान के बहुत खुशी होएगी कि भारतवर्ष पहला नालों बहुत तरक्की कर गया। किसी वेले यहोजे बच्चों का जिन्हें च बौद्धिक असमर्था होंगी सी या फिजिकली असमर्था होंगी सी शरीरक तौर पर या बौद्धिक तौर पर इन्हों बहुत पूछा नहीं सी जाता, इन्हों की परवाह नहीं सी की जाती, ਵਿਚਾਰਾ ਵਿਚੂਰਾ ਕਹਿ ਕੇ ਗੁਜ਼ਾਰਾ ਹੋ ਜਾਂਦਾ ਸੀਗਾ ਅਤੇ ਜਾਂ ਲੋਕ ਮਜ਼ਾਕ ਉਡਾਉਂਦੇ ਸੀਗੇ। ਬਹੁਤੇ ਸਾਰੇ ਲੋਕ ਆਪਣੇ ਬੱਚਿਆਂ ਨੂੰ ਪਿੰਗਵੜੇ ਹੀ ਛੱਡ ਜਾਂਦੇ ਸੀ। ਜਦੋਂ ਭਗਤ ਜੀ ਦੇ ਜ਼ਮਾਨੇ 'ਚ ਮੈਂ ਆਉਂਦੀ ਹੁੰਦੀ ਸੀ ਉਦੋਂ ਕਿਸੇ ਨੂੰ ਇਹ ਪਤਾ ਨਹੀਂ ਸੀ ਹੈਗਾ ਵੀ ਇਹਨਾਂ ਬੱਚਿਆਂ ਨੂੰ ਵੀ ਕੁਛ ਸਿੱਖਿਆ ਦਿੱਤੀ ਜਾ ਸਕਦੀ ਹੈ, ਇਹਦਾ ਜੀਵਨ ਕੁਛ ਵਧੀਆ ਬਣਾਇਆ ਜਾ ਸਕਦਾ। ਇੱਥੇ ਸਾਡੀ ਸੰਸਥਾ ਵਿੱਚ ਠੀਕ ਹੈ ਇਹਨਾਂ ਦਾ ਧਿਆਨ ਦਿੱਤਾ ਜਾਂਦਾ ਸੀ, ਰੋਟੀ ਰਾਟੀ ਖੁਆਈ ਪਿਆਈ ਜਾਂਦੀ ਸੀ, ਪਰ ਉੱਦਾਂ ਬੌਧਿਕ ਤੌਰ 'ਤੇ ਇਹਨਾਂ ਨੂੰ ਕੁਛ ਸਿਖਾਇਆ ਨਹੀਂ ਸੀ ਜਾਂਦਾ। ਪਰ ਮੇਰੇ ਖਿਆਲ ਉਦੋਂ ਪਤਾ ਹੀ ਨਹੀਂ ਸੀ ਕਿਸੇ ਨੂੰ ਵੀ ਇੱਦਾਂ ਦੀ ਕੋਈ ਹੈ ਵੀ ਇਹੋ ਜਿਹੇ ਵੀ ਤਰੀਕਾ ਹੈਗਾ ਕਿ ਇਹਨਾਂ ਨੂੰ ਬਿਹਤਰ ਬਣਾਇਆ ਜਾਵੇ ਇਹਨਾਂ ਦਾ ਜੀਵਨ। ਹੁਣ ਥੋੜ੍ਹੇ ਸਾਲਾਂ ਤੋਂ ਹੀ ਪਿੰਗਲਾ ਸੰਸਥਾ ਨੇ ਜਦੋਂ ਦਾ ਭਗਤ ਪੂਰਨ ਸਿੰਘ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਸ਼ੁਰੂ ਕੀਤਾ, ਜਦੋਂ ਮੈਨੂੰ ਪਤਾ ਲੱਗਿਆ ਸਭ ਤੋਂ ਪਹਿਲਾਂ ਸਾਡੇ ਇੱਥੇ ਮੈਡਮ ਪਦਮਨੀ ਸੀਗੀ, ਉਹ ਇੱਥੇ ਰੈੱਡ ਕਰੋਸ 'ਚ ਲੱਗੀ ਹੋਈ ਸੀ, ਉਹਨਾਂ ਨੂੰ ਬੁਲਾਇਆ। ਫਿਰ ਮੈਂ ਆਪਣੀਆਂ ਦੋ ਬੱਚੀਆਂ ਨੂੰ ਪਿੰਗਲਾ ਸੰਸਥਾ ਦੀਆਂ ਨੂੰ ਅਨੀਤਾ ਅਤੇ ਸੁਰਿੰਦਰ ਸੀ ਇੱਕ ਬੇਟੀ ਸਾਡੀ, ਇਹਨਾਂ ਨੂੰ ਰੋਹਤਕ ਭੇਜਿਆ ਡਿਪਲੋਮਾ ਕਰਨ ਵਾਸਤੇ। ਇਹ ਉੱਥੋਂ ਡਿਪਲੋਮਾ ਕਰਕੇ ਆਏ, ਇੱਥੇ ਫਿਰ ਥੋੜ੍ਹੇ ਬੱਚਿਆਂ ਨਾਲ ਸ਼ੁਰੂ ਕੀਤਾ। ਬੱਚਿਆਂ ਦੇ ਵਿੱਚ ਮੈਂ ਦੇਖਿਆ ਵੀ ਕਾਫੀ ਫਰਕ ਪਿਆ ਅੱਗੇ ਨਾਲੋਂ, ਬਿਹੇਵੀਅਰ ਉਹਨਾਂ ਦਾ, ਤਰੀਕਾ ਰਹਿਣ ਦਾ, ਖਾਣ ਪੀਣ ਦਾ, ਚਮਚਾ ਫੜਨਾ ਸਿਖਾਉਣਾ, ਮਤਲਬ ਬਹੁਤ ਔਖਾ ਹੁੰਦਾ ਇਹਨਾਂ ਨੂੰ, ਨੱਕ ਪੂੰਝਣਾ ਸਿਖਾਉਣਾ ਰੁਮਾਲ ਦੇ ਨਾਲ, ਚਮਚਾ ਫੜ ਕੇ ਚਮਚੇ ਨਾਲ ਖਾਣਾ ਸਿਖਾਉਣਾ, ਛੋਟੀਆਂ ਛੋਟੀਆਂ ਗੱਲਾਂ ਤੋਂ ਸ਼ੁਰੂ ਕਰਨਾ ਪੈਂਦਾ। ਤਾਂ ਉੱਥੋਂ ਸ਼ੁਰੂ ਕਰਕੇ ਹੁਣ ਗੁਰੂ ਦੀ ਕਿਰਪਾ ਨਾਲ ਬਹੁਤ ਵੱਡਾ ਸਾਡਾ ਸਕੂਲ ਬਣ ਗਿਆ। ਔਰ ਸਾਡੇ ਹੁਣ ਬੱਚੇ ਬੱਚੀਆਂ ਜਿਹੜੀਆਂ ਉਦੋਂ ਮਿਹਨਤ ਕੀਤੀ ਸੀ ਇਹਨਾਂ ਨੂੰ ਪੜ੍ਹਾਇਆ ਸੀ, ਹੁਣ ਕਿਉਂਕਿ ਇਹਨਾਂ ਦੇ ਨਾਲ ਹੀ ਰਹੇ ਨੇ ਹਮੇਸ਼ਾ ਬੱਚਿਆਂ ਦੇ ਨਾਲ, ਇਸ ਕਰਕੇ ਇਹਨਾਂ ਨੂੰ ਜ਼ਿਆਦਾ ਅਟੈਚਮੈਂਟ ਹੈ ਇਹਨਾਂ ਬੱਚਿਆਂ ਨਾਲ, ਇਹਨਾਂ ਨੂੰ ਜ਼ਿਆਦਾ ਅਪਣੱਤਾ ਹੈ ਵੀ ਇਹ ਸਾਡੇ ਬੱਚੇ ਨੇ ਅਤੇ ਇਹਨਾਂ ਨੂੰ ਕੁਛ ਬਣਾਉਣਾ ਤਾਂ ਕੋਸ਼ਿਸ਼ ਕਰਦੇ ਆ ਜਾ ਕੇ। ਹੁਣ ਸਾਡੇ ਕੋਲ ਗਿਣਤੀ ਵੀ ਵੱਧਦੀ ਜਾ ਰਹੀ ਹੈ ਬੱਚਿਆਂ ਦੀ ਬਹੁਤ ਸਾਰੀ ਹੈਗਾ ਮੇਰੇ ਕੋਲ। ਹੁਣ ਬਹੁਤ ਵੱਡੀ ਗੱਲ ਹੈ ਕਿ ਨੋਰਮਲ 올림픽ਸ ਤਾਂ ਹੁੰਦੀਆਂ ਹੀ ਸੀ ਨੋਰਮਲ ਬੱਚਿਆਂ ਦੀਆਂ, ਅਤੇ ਫਿਰ ਫਿਜ਼ੀਕਲ ਵਾਲਿਆਂ ਦੇ ਵੀ ਹੋਣ ਸ਼ੁਰੂ ਹੋ ਗਿਆ। ਹੁਣ ਇਹ ਹੈ ਵੀ 1968 ਦੇ ਵਿੱਚ ਯੂਨੀਸ ਕੈਨੇਡੀ ਸ਼੍ਰੀਵਰ ਇਹਨਾਂ ਨੇ ਸਪੈਸ਼ਲ ਬੱਚਿਆਂ ਦੀ ਜਿਹੜੇ ਕਿ ਬੌਧਿਕ ਤੌਰ 'ਤੇ ਪਿਛੜੇ ਹੋਏ ਸੀ ਉਹਨਾਂ ਵਾਸਤੇ 올림픽 ਸ਼ੁਰੂ ਹੋਈਆਂ। ਇਹ ਮੈਂ ਕਹਿੰਦੀ ਹਾਂ ਵੀ ਇਹਦੀ ਬੜੀ ਵੱਡੀ ਦੇਣ ਹੈ ਇਸ ਬੰਦੇ ਦੀ ਜਿਹਨੇ ਸਪੈਸ਼ਲ 올림픽 ਸ਼ੁਰੂ ਕਰਾਈ। ਇਹ ਹੈਗਾ ਯੂਨੀਸ ਕੈਨੇਡੀ ਸ਼੍ਰੀਵਰ, ਪਰ ਸਾਨੂੰ ਅਜੇ ਬਹੁਤ ਹਿੰਦੁਸਤਾਨ ਨੂੰ ਬੜੀ ਦੇਰ ਬਾਅਦ ਪਤਾ ਚੱਲਿਆ ਵੀ ਇਹ ਗੇਮਸ ਹੋ ਸਕਦੀਆਂ ਨੇ ਅਤੇ ਫਿਰ ਅਸੀਂ ਪਾਰਟੀਸਪੇਟ ਕਰ ਸਕਦੇ ਹਾਂ। ਫਿਰ ਪੰਜਾਬ ਵਾਲਿਆਂ ਨੇ ਆਪਣਾ ਬਣਾਇਆ, ਇਹ ਪੰਜਾਬ ਵਾਲਿਆਂ ਦਾ ਐਸੋਸੀਏਸ਼ਨ ਬਣਾਈ 올림픽ਸ ਦੀ, ਭਾਰਤ 올림픽ਸ ਐਸੋਸੀਏਸ਼ਨ ਪੰਜਾਬ। ਸਮਰ ਦੇ 4 ਸਾਲਾਂ ਬਾਅਦ, ਅਦਰਵਾਈਜ਼ 2 ਸਾਲਾਂ ਬਾਅਦ ਹੁੰਦੀ 올림픽ਸ। ਐਤਕੀ ਜਿਹੜੇ ਟੋਟਲ ਐਥਲੀਟਸ ਸਾਰੀ ਦੁਨੀਆ ਤੋਂ ਆਏ 7000 ਆਏ, ਬਰਲਿਨ ਦੇ ਵਿੱਚ ਹੋਈਆਂ। ਜਰਮਨੀ ਨੇ ਬਰਲਿਨ ਦੇ ਵਿੱਚ ਐਤਕੀ ਹੋਸਟ ਕੀਤਾ ਅਤੇ ਉਹਨਾਂ ਨੇ ਗੇਮਸ ਕਰਾਈਆਂ ਅਤੇ 7000 ਸਾਰੀ ਵਰਲਡ ਦੇ ਵਿੱਚੋਂ ਪਾਰਟੀਸਪੈਂਟਸ ਗਏ। 193 ਕੰਟਰੀਜ਼ ਨੇ ਹਿੱਸਾ ਲਿਆ ਇਹਦੇ ਵਿੱਚ ਅਤੇ ਪੰਜਾਬ ਦੇ ਵਿੱਚੋਂ ਸਿਰਫ 8 ਬੱਚੇ ਗਏ।
8 ਬੱਚੇ ਜਿਹੜੇ ਨੇ ਉਹਨਾਂ ਵਿੱਚੋਂ 3 ਪਿੰਗਲਵਾੜਾ ਸੰਸਥਾ ਤੋਂ ਗਏ ਤੇ 5 ਗਏ ਲੁਧਿਆਣੇ ਤੋਂ। ਅੰਮ੍ਰਿਤਸਰ ਤੋਂ ਸਿਰਫ ਤੇ ਸਿਰਫ ਆਪਣੇ ਸਕੂਲ ਦੇ ਬੱਚੇ ਗਏ, 3 ਬੱਚੇ ਗਏ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਤਿੰਨੇ ਹੀ ਬੱਚੇ ਜਿਹੜੇ ਨੇ ਮੈਡਲ ਲੈ ਕੇ ਆਏ ਨੇ। ਇੱਕ ਬੱਚਾ ਨਿਸਾਰ ਹੈ, ਮੁਹੰਮਦ ਨਿਸਾਰ ਹੈ, ਉਹ ਗੋਲਡ ਲੈ ਕੇ ਆਇਆ। ਇੱਕ ਬੱਚੀ ਰੇਨੂ ਹੈ, ਉਹ ਡੈਫ ਵੀ ਹੈ ਅਤੇ ਸਪੈਸ਼ਲ ਵੀ ਹੈ, ਉਹ 2 ਬ੍ਰੌਂਜ਼ ਲੈ ਕੇ ਆਈ ਹੈ। ਇੱਕ ਬੱਚੀ ਸੀਤ ਹੈ, ਉਹ 1 ਬ੍ਰੌਂਜ਼ ਲੈ ਕੇ ਆਈ ਹੈ। ਔਰ ਇਹਨਾਂ ਨੇ ਜਿਹੜੀ ਬਣੀ ਹੋਈ ਹੈ, ਐਸੋਸੀਏਸ਼ਨ ਬਣੀ ਹੋਈ ਹੈ, SBOA ਕਹਿੰਦੇ ਹਾਂ ਅਸੀਂ, ਉਹ ਇਹਨਾਂ ਨੇ ਕੋਸ਼ਿਸ਼ ਕਰਕੇ ਐਤਕੀ ਸਰਕਾਰ ਕੋਲੋਂ ਜਿਹਨੂੰ ਸਿਲਵਰ ਗੋਲਡ ਮਿਲਿਆ ਉਹਨੂੰ 10 ਲੱਖ ਰੁਪਇਆ ਮਿਲਣਾ, ਜਿਹਨੂੰ ਸਿਲਵਰ ਮਿਲਿਆ ਉਹਨੂੰ 7 ਲੱਖ ਮਿਲਣਾ, ਅਤੇ ਜਿਹੜਾ ਬ੍ਰੌਂਜ਼ ਆ ਉਹਨੂੰ 5 ਲੱਖ ਰੁਪਇਆ ਮਿਲਣਾ। ਤਾਂ ਸਾਡੇ ਗੋਲਡ ਵਾਲੇ ਨੂੰ 10 ਲੱਖ ਮਿਲੇਗਾ, 2 ਬ੍ਰੌਂਜ਼ ਵਾਲੇ ਨੂੰ 10 ਲੱਖ ਹੋ ਗਏ, ਅਤੇ ਤੀਜੀ ਨੂੰ 5 ਲੱਖ ਰੁਪਇਆ। ਚਲੋ ਪੰਜਾਬ ਸਰਕਾਰ ਦੀ ਅਸੀਂ ਧੰਨਵਾਦੀ ਹਾਂ ਵੀ ਇਹਨਾਂ ਨੇ ਘੱਟੋ ਘੱਟ ਸਾਡੇ ਬੱਚਿਆਂ ਨੂੰ, ਇਹੋ ਜਿਹੇ ਬੱਚਿਆਂ ਨੂੰ ਰਿਕੋਗਨਾਈਜ਼ ਕਰਨਾ ਸ਼ੁਰੂ ਕੀਤਾ, ਪਛਾਣਨਾ ਸ਼ੁਰੂ ਕੀਤਾ, ਔਰ ਇਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ। ਸਭ ਤੋਂ ਵੱਡੀ ਗੱਲ ਇਹ ਹੋਏਗੀ ਵੀ ਇਹਨਾਂ ਨੂੰ ਦੇਖ ਕੇ ਹੋਰਾਂ ਦੇ ਜਿਨ੍ਹਾਂ ਦੇ ਬੱਚੇ ਇੱਦਾਂ ਦੇ ਪੈਦਾ ਹੁੰਦੇ ਆ ਜਿਹੜੇ ਕਿ ਸੁੱਟ ਦਿੰਦੇ ਆ, ਪਿੰਗਲਵਾੜੇ ਸੁੱਟਦੇ ਆ ਜਾਂ ਕਿਤੇ ਹੋਰ ਸੁੱਟ ਕੇ ਜਾਂਦੇ ਆ, ਦਰਬਾਰ ਸਾਹਿਬ ਸੁੱਟ ਕੇ ਜਾਂਦੇ ਆ, ਉਹਨਾਂ ਨੂੰ ਹੌਸਲਾ ਹੋਏਗਾ ਵੀ ਬੱਚੇ ਵੀ ਕੁਛ ਕਰ ਸਕਦੇ ਆ, ਅਸੀਂ ਇਹਨਾਂ ਨੂੰ ਸੁੱਟੀਏ ਨਾ। ਸਭ ਤੋਂ ਵੱਡੀ ਪ੍ਰਾਪਤੀ ਮੈਨੂੰ ਇਹ ਲੱਗਦੀ ਹੈ ਕਿ ਲੋਕ ਅਪਣਾਉਣ ਲੱਗ ਜਾਣਗੇ ਇਹਨਾਂ ਬੱਚਿਆਂ ਨੂੰ ਜਿਹਨਾਂ ਦੇ ਇਹੋ ਜਿਹੇ ਪੈਦਾ ਹੋਣਗੇ। ਚਲੋ ਜਿਹੜਾ ਪੈਸੇ ਤਾਂ ਪਰਿਵਾਰ ਨੂੰ ਹੀ ਮਿਲਣੇ ਨੇ, ਜਿਹੜੇ ਪੈਸੇ ਨੇ ਬੱਚਿਆਂ ਨੇ ਤਾਂ ਕਿੱਥੇ ਖਰਚਣੇ ਵਿਚਾਰਿਆਂ ਨੇ, ਪਰਿਵਾਰ ਨੂੰ ਹੀ ਮਿਲਣੇ ਹੁੰਦੇ ਆ ਪੈਸੇ। ਅਤੇ ਪਰਿਵਾਰ ਇਸ ਲਾਲਚ 'ਚ ਵੀ ਹੋ ਸਕਦਾ ਕਿ ਨਾਲੋ ਬੱਚਿਆਂ ਨਾਲ ਜ਼ਿਆਦਾ ਅੱਛਾ ਵਰਤਾਓ ਕਰਨ ਲੱਗ ਜਾਣ, ਬੱਚਾ ਇਹ ਨਾ ਸੋਚਣ ਕਿ ਬੱਚਿਆਂ ਨੂੰ ਸੁੱਟੀਏ ਅਸੀਂ ਉਹਨਾਂ ਨੂੰ। ਔਰ ਸਰਕਾਰ ਨੂੰ ਵੀ ਚਾਹੀਦਾ ਵੀ ਇਹਨਾਂ ਨੇ ਮਤਲਬ ਜਿਹੜੇ ਸਪੈਸ਼ਲ ਸਕੂਲ ਵੱਖਰੇ ਹੋਣੇ ਚਾਹੀਦੇ, ਇਹਨਾਂ ਨੇ ਇਨਕਲੂਸਿਵ ਐਜੂਕੇਸ਼ਨ ਸ਼ੁਰੂ ਕਰ ਦਿੱਤੀ ਹੈ। ਇਨਕਲੂਸਿਵ ਐਜੂਕੇਸ਼ਨ ਦੇ ਵਿੱਚ ਹੀ ਡੈਫ, ਵਿੱਚ ਹੀ ਸਪੈਸ਼ਲ, ਅਤੇ ਸਪੈਸ਼ਲ ਐਜੂਕੇਟਰ ਇੱਕ ਅੱਧਾ ਰੱਖ ਲੈਂਦੇ ਆ। ਇਹਨਾਂ ਨੂੰ ਮਤਲਬ ਜਿਹੜੀ ਰੇਸ਼ੋ ਹੈ ਟੀਚਰ ਅਤੇ ਬੱਚਿਆਂ ਦੀ, 1:10 ਚਾਹੀਦੀ, 10 ਬੱਚਿਆਂ ਲਈ 1 ਟੀਚਰ ਚਾਹੀਦਾ, ਔਰ ਉਹ ਵੀ ਫੁੱਲੀ ਡਿਵੋਟਿਡ ਹੋਵੇ, ਜਿਹਦਾ ਇਹਨਾਂ ਬੱਚਿਆਂ ਵਾਲੀ ਧਿਆਨ ਹੋਵੇ। ਐ ਨਹੀਂ ਹੈ ਵੀ ਦੂਜੀ ਕਲਾਸ ਨੂੰ ਪੜ੍ਹਾਈ 'ਚ ਅਤੇ ਵਿੱਚ ਇਹਨਾਂ ਦਾ ਵੀ ਧਿਆਨ ਦੇ। ਇਨਕਲੂਸਿਵ ਜਿਹੜੀ ਐਜੂਕੇਸ਼ਨ ਹੈ ਮੈਂ ਉਹਦੇ ਹੱਕ 'ਚ ਨਹੀਂ ਹੈਗੀ ਬਿਲਕੁਲ ਵੀ, ਨਾ ਉਹ ਡੈਫ ਵਾਸਤੇ ਉਹਦੇ ਹੱਕ 'ਚ ਹੈ। ਡੈਫ ਬੱਚਿਆਂ ਨੂੰ ਵੀ 1:1 ਚਾਹੀਦਾ, ਅਤੇ ਡੈਫ ਬੱਚਿਆਂ ਲਈ ਵੀ ਮਤਲਬ ਜੇ ਤੁਸੀਂ ਜਿਹੜੇ ਸਾਡੇ ਕੋਲ ਆਉਂਦੇ ਆ ਬੱਚੇ, ਫਰਜ਼ ਕਰੋ 7ਵੀਂ 8ਵੀਂ 'ਚ ਬਾਹਰੋਂ ਸਰਕਾਰੀ ਸਕੂਲ 'ਚ ਆਉਂਦੇ ਆ, ਉਹਨੂੰ ਕੱਖ ਵੀ ਨਹੀਂ ਆਉਂਦਾ ਹੁੰਦਾ, ਮਤਲਬ ਕੋਈ ਫਾਇਦਾ ਨਹੀਂ ਉਹਦਾ। ਪ੍ਰੈਕਟੀਕਲੀ ਦੇਖਿਆ ਗਿਆ ਵੀ ਉਹਦਾ ਕੋਈ ਫਾਇਦਾ ਨਹੀਂ ਇਨਕਲੂਸਿਵ ਐਜੂਕੇਸ਼ਨ ਦਾ। ਸਾਨੂੰ ਇਹਨਾਂ ਵਾਸਤੇ ਵੱਖਰੇ ਸਕੂਲ, ਡੈਫ ਬੱਚਿਆਂ ਨੂੰ ਅਤੇ ਸਪੈਸ਼ਲ ਬੱਚਿਆਂ ਲਈ ਵੱਖਰੇ ਸਕੂਲ ਹੋਣੇ ਹੀ ਚਾਹੀਦੇ, ਔਰ ਟੀਚਰ ਬੜੇ ਡਿਵੋਟਿਡ ਹੋਣੇ ਚਾਹੀਦੇ ਆ। ਜਿਹੜੇ ਕਿ ਸਾਡੇ ਟੀਚਰ ਤਾਂ ਡਿਵੋਟਿਡ ਨੇ ਕਿਉਂਕਿ ਪਲੇ ਇੱਥੇ ਨੇ, ਇਹਨਾਂ ਦੇ ਵਿੱਚ ਪਲੇ ਇੱਥੇ।